ਸਸ਼ਿਕਾਲ ਜੀ ਮੈਂ ਹਨਿਸ਼ਚ ਮਸਤਾਨਾ ਤੇ ਸਵਾਗਤ ਹੈ ਤੁਹਾਡਾ ਟ੍ਰਾਈ ਸਿਟੀ ਨਿਊਜ਼ ਦੇ ਵਿੱਚ। ਖਰੜ ਦੇ ਵਿੱਚ ਨਗਰ ਕੌਂਸਲ ਦੀ ਚੋਣਾਂ ਹੋਣ ਤੋਂ ਬਾਅਦ ਸਾਰੀਆਂ ਹੀ ਈਵੀਐਨ ਮਸ਼ੀਨਾਂ ਖਰੜ ਦੇ ਨੇੜਲੇ ਪਿੰਡ ਖੁੰਨੀ ਮਾਜਰਾ ਦੇ ਪੋਲੀਟੈਕਨਿਕ ਕਾਲਜ ਦੇ ਵਿੱਚ ਪੁਲਿਸ ਨਿਗਰਾਨੀ ਦੇ ਵਿੱਚ ਰਖਵਾਈਆਂ ਗਈਆਂ ਹਨ, ਪਰ ਬੀਤੇ ਦਿਨੀ ਇੱਕ ਮੰਤਰੀ ਦੀ ਗੱਡੀ ਉਸ ਕਾਲਜ ਦੇ ਵਿੱਚ ਬਿਨਾਂ ਚੈਕਿੰਗ ਤੋਂ ਹੀ ਅੰਦਰ ਚਲੀ ਗਈ, ਜਿਸ ਤੋਂ ਬਾਅਦ ਕਈ ਉਮੀਦਵਾਰਾਂ ਦੇ ਵੱਲੋਂ ਇਸ ਮੰਤਰੀ ਦੀ ਗੱਡੀ ਦਾ ਵਿਰੋਧ ਕੀਤਾ ਗਿਆ। ਉਮੀਦਵਾਰਾਂ ਵੱਲੋਂ ਕੈਬਨਿਟ ਮੰਤਰੀ ਦੇ ਦੋਸ਼ ਲਗਾਏ ਗਏ ਕਿ ਮੰਤਰੀ ਆਪਣੇ ਸਕੇ ਭਰਾ ਨੂੰ ਜਿਤਵਾਉਣ ਦੇ ਲਈ ਕੁਝ ਵੀ ਕਰ ਸਕਦਾ ਹੈ, ਅਤੇ ਕੁਝ ਉਮੀਦਵਾਰਾਂ ਵੱਲੋਂ ਕਾਲਜ ਦੇ ਗੇਟ ਤੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ। ਧਰਨੇ ਦੀ ਖਬਰ ਮਿਲਣ ਤੇ ਖਰੜ ਦੇ SDM ਹਿਮਾਂਸ਼ੂ ਜੈਨ ਵੱਲੋਂ ਧਰਨੇਕਾਰੀ ਉਮੀਦਵਾਰਾਂ ਦੀ ਤਸੱਲੀ ਕਰਾਉਣ ਤੋਂ ਬਾਅਦ ਉਹਨਾਂ ਧਰਨਾ ਸਮਾਪਤ ਕੀਤਾ, ਪਰ ਕੁਝ ਉਮੀਦਵਾਰ EVN ਮਸ਼ੀਨਾਂ ਵਾਲੇ ਕੈਮਰੇ ਦੇ ਸਾਹਮਣੇ ਆਪਣਾ ਕੈਮਰਾ ਲਾ ਕੇ ਖੁਦ ਨਿਗਰਾਨੀ ਕਰ ਰਹੇ ਨੇ। ਉਹ ਕਾਲਜ ਦੇ ਸਾਹਮਣੇ ਟੈਂਟ ਲਗਾ ਕੇ ਖੁਦ ਆਉਣ ਜਾਣ ਵਾਲੇ ਤੇ ਨਿਗਰਾਨੀ ਰੱਖ ਰਹੇ ਹਨ। ਸਾਡੇ ਚੈਨਲ ਦੇ ਨਾਲ ਕੁਝ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਗੱਲਬਾਤ ਕੀਤੀ। ਕੀ ਕਿਹਾ ਉਮੀਦਵਾਰਾਂ ਅਤੇ ਸਮਰਥਕਾਂ ਨੇ ਅਤੇ ਕੀ ਸਫਾਈ ਦਿੱਤੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ, ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਖਰੜ ਤੋਂ ਕੈਮਰਾਮੈਨ ਰਾਹੁਲ ਗੁਪਤਾ ਦੇ ਨਾਲ ਡੇਵਿਡ ਵਰਮਾ ਦੀ ਖਾਸ ਰਿਪੋਰਟ। ਖਰੜ ਨਗਰ ਕੌਂਸਲ ਦੇ ਚੋਣ ਹੋਏ ਨੂੰ ਅੱਜ ਜਿਹੜਾ ਹੈ ਦੂਸਰਾ ਦਿਨ ਹੋ ਚੁੱਕਿਆ ਹੈ, ਤੇ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਖਰੜ ਚੋਣ ਦੀਆਂ ਜਿਹੜੀਆਂ AVM ਮਸ਼ੀਨਾਂ ਨੇ ਉਹ ਇੱਥੇ ਜਿਹੜਾ ਖਾਨ ਖੁੰਨੀ ਮਾਜਰਾ ਇਹ ਪੋਲੀਟੈਕਨੀਕਲ ਕਾਲਜ ਜਿਹੜਾ ਹੈਗਾ, ਪੋਲੀਟੈਕਨੀਕਲ ਕਾਲਜ ਦੇ ਵਿੱਚ ਜਿਹੜੀਆਂ ਜਿੰਨੀਆਂ ਵੀ AVM ਮਸ਼ੀਨਾਂ ਨੇ ਉਹ ਉਰੇ ਇਸ ਟਾਈਮ ਬੰਦ ਨੇ। ਇੱਕ ਅੰਦਰ ਜਿਹੜਾ ਹਾਲ ਕਮਰੇ ਦੇ ਵਿੱਚ ਬੰਦ ਨੇ, ਤੁਸੀਂ ਦੇਖ ਰਹੇ ਹੋ ਇਹ ਲਾਈਵ ਤਸਵੀਰਾਂ ਨੇ ਖਰੜ ਦੇ ਲਾਗਦੇ ਖੁੰਨੀ ਮਾਜਰੇ ਦੀਆਂ, ਜਿੱਥੇ ਕਿ ਪੂਰਾ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਹੈ AVM ਮਸ਼ੀਨਾਂ ਦੀ ਸੁਰੱਖਿਆ ਦੇ ਵਿੱਚ ਜਿਹੜੇ ਹੈ 24 ਘੰਟੇ ਤੈਨਾਤ ਨੇ। ਤੁਸੀਂ ਦੇਖ ਰਹੇ ਹੋ ਇਹ ਲਾਈਵ ਤਸਵੀਰਾਂ ਜਿਹੜੀਆਂ ਨੇ ਖਰੜ ਦੇ ਖੁੰਨੀ ਮਾਜਰੇ ਦੀ ਇਹ ਪੋਲੀਟੈਕਨੀਕਲ ਕਾਲਜ ਦੀਆਂ ਨੇ, ਜਿੱਥੇ ਕਿ ਖਰੜ ਦੇ ਪੂਰੇ ਹੀ ਉਮੀਦਵਾਰਾਂ ਦਾ ਜਿਹੜਾ ਹੈ ਭਵਿੱਖ ਜਿਹੜਾ ਹੈ AVM ਮਸ਼ੀਨਾਂ ਦੇ ਵਿੱਚ ਕੈਦ ਹੈ। ਉਹ ਮਸ਼ੀਨਾਂ ਜਿਹੜੀਆਂ ਨੇ ਇਸ ਕਾਲਜ ਦੇ ਵਿੱਚ ਨੇ, ਅਤੇ ਕਾਲਜ ਦੇ ਵਿੱਚ ਜਿਹੜੀ ਹੈ ਸੁਰੱਖਿਆ ਜਿਹੜੀ ਪੂਰੀ ਤਰ੍ਹਾਂ ਪੰਜਾਬ ਪੁਲਿਸ ਕਰ ਰਹੀ ਹੈ। ਪਰ ਇਸ ਸੁਰੱਖਿਆ ਦੇ ਬਾਵਜੂਦ ਵੀ ਜਿਹੜਾ ਹੈ ਕੱਲ੍ਹ ਬੀਤੇ ਦਿਨੀ ਕੱਲ੍ਹ ਜਿਹੜਾ ਹੈ ਇੱਕ ਮੰਤਰੀ ਦੀ ਗੱਡੀ ਦੇ ਵਿੱਚ ਇੱਕ ਮਹਿਲਾ ਦਾ ਅੰਦਰ ਜਿਹੜਾ ਬਿਨਾਂ ਐਂਟਰੀ ਤੋਂ ਆਉਣ 'ਤੇ ਜਿਹੜਾ ਉਰੇ ਬਵਾਲ ਮਚਿਆ। ਬਵਾਲ ਮਚਣ ਤੋਂ ਬਾਅਦ ਜਿਹੜਾ ਹੈ ਕੁਛ ਉਮੀਦਵਾਰਾਂ ਨੇ ਅਤੇ ਉਹਨਾਂ ਦੇ ਸਮਰਥਕਾਂ ਨੇ, ਮੈਂ ਤੁਹਾਨੂੰ ਉਹ ਵੀ ਤਸਵੀਰ ਦਿਖਾਉਣਾ ਚਾਹਾਂਗਾ ਕਿ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਜਿਹੜਾ ਪੋਲੀਟੈਕਨੀਕਲ ਕਾਲਜ ਦੇ ਬਿਲਕੁਲ ਸਾਹਮਣੇ ਜਾ ਕੇ ਜਿਹੜਾ ਟੈਂਟ ਲਗਾ ਦਿੱਤਾ ਗਿਆ ਹੈ। ਮੈਂ ਤੁਹਾਨੂੰ ਟੈਂਟ ਦੀਆਂ ਤਸਵੀਰਾਂ ਵੀ ਦਿਖਾਵਾਂਗਾ। ਸ਼ੋਰੂਮ ਉਹਨਾਂ ਨੇ ਕਿਰਾਏ 'ਤੇ ਲਿਆ, ਕਿਰਾਏ 'ਤੇ ਲੈ ਕੇ 24 ਘੰਟੇ ਉਹ ਵੀ ਜਿਹੜੀਆਂ ਉਹਨਾਂ ਨੂੰ ਵੀ ਲੱਗ ਰਿਹਾ ਕਿ ਸਰਕਾਰ ਕਿਤੇ ਨਾ ਕਿਤੇ ਜਿਹੜੀ ਆ ਗੜਬੜੀ ਕਰ ਰਹੀ ਹੈ, ਜਿਸ ਕਾਰਨ ਉਹਨਾਂ ਨੇ ਟੈਂਟ ਲਗਾ ਕੇ ਜਿਹੜਾ ਹੈ ਉਰੇ ਜਿਹੜੇ ਆਪਣੀ ਸੁਰੱਖਿਆ ਆਪ ਕਰ ਰਹੇ ਨੇ AVM ਮਸ਼ੀਨਾਂ ਦੀ। ਇਹ ਲਾਈਵ ਤਸਵੀਰਾਂ ਖੁੰਨੀ ਮਾਜਰੇ ਦੀਆਂ ਨੇ, ਅਤੇ ਸਾਡੇ ਨਾਲ ਨੇ ਕੁਛ ਉਮੀਦਵਾਰ ਨੇ, ਕੁਛ ਉਹਨਾਂ ਦੇ ਸਮਰਥਕ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੱਲ੍ਹ ਜੋ ਉਰੇ ਵਾਕਿਆ ਹੋਇਆ ਏ, ਇੱਕ ਮਹਿਲਾ ਜੋ ਕਹਿੰਦੇ ਨੇ ਕਿ ਮੰਤਰੀ ਦੀ ਗੱਡੀ ਜਿਹੜੀ ਅੰਦਰ ਉਹਨੂੰ ਛੱਡ ਕੇ ਆਈ ਹੈ ਬਿਨਾਂ ਐਂਟਰੀ ਤੋਂ ਹੋਈ ਹੈ, ਕੋਈ ਲਿਖਤ ਪੜਤ ਨਹੀਂ ਹੋਈ, ਉਹਦੇ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ, ਕੀ ਬਵਾਲ ਹੋਇਆ ਏ? ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਰਾਮ ਸਰੂਪ ਹੈ ਜੀ। ਹਾਂਜੀ, ਮੈਂ ਵਾਰਡ ਨੰਬਰ 24 ਤੋਂ ਚੋਣ ਲੜ ਰਿਹਾ। ਅਤੇ ਕੱਲ੍ਹ ਜਦੋਂ ਸਵੇਰੇ ਸਾਨੂੰ ਅਸੀਂ ਇੱਥੇ ਬੰਦੇ ਬਾਹਰ ਬਿਠਾਏ ਸੀ, ਉਹਨਾਂ ਦਾ ਸਾਨੂੰ ਜਿਹੜੇ ਟੈਲੀਫੋਨ ਕੀਤਾ ਪਿਆ ਕਰਕੇ 000-4 ਗੱਡੀ ਜੋ ਜਿਹੜੀ ਕੋਈ ਚੰਨੀ ਸਾਹਿਬ ਦੇ ਆਪਣੇ ਫੈਮਿਲੀ ਘਰ ਦੀ ਗੱਡੀ ਆ ਉਹ ਅੰਦਰ ਐਂਟਰ ਹੋਈ ਆ, ਅਤੇ ਉਹ ਐਂਟਰੀ ਦੇ ਉੱਤੇ ਉਹਦੀ ਕਿਸੇ ਨੇ ਕੋਈ ਐਂਟਰੀ ਨਹੀਂ ਪਾਈ, ਕੁਝ ਨਹੀਂ ਪਾਈ, ਇਸ ਕਰਕੇ ਫਿਰ ਫਟਾਫਟ ਆਓ, ਅਸੀਂ ਫਟਾਫਟ ਨੱਠੇ ਆਏ ਹਾਂ। ਮੈਂ ਇੱਕ ਗੱਲ, ਤੁਸੀਂ ਕਹਿੰਦੇ ਹੋ 000 ਜਿਹੜੀ ਗੱਡੀ ਦੀ ਉਹ ਚੰਨੀ ਦੀ ਤੀ, ਕਿਸੇ ਹੋਰ ਦੀ ਵੀ ਹੋ ਸਕਦੀ ਹੈ, ਤੁਸੀਂ ਚੰਨੀ ਦੇ ਮਗਰ ਬਹੁਤ ਜ਼ਿਆਦਾ ਹੋ। ਨਹੀਂ ਸਰ, ਐਸੀ ਗੱਲ ਕੋਈ, ਤੁਸੀਂ ਚੰਨੀ ਦੇ ਮਗਰ ਕਿਉਂ ਹੋ? ਕਿਆ ਵਜ੍ਹਾ ਹੈ ਕਿ ਚੰਨੀ ਤੁਹਾਡੇ ਉੱਤੇ ਉਰੇ ਜਿਹੜਾ ਦਖਲ ਅੰਦਾਜ਼ੀ ਕਰ ਰਿਹਾ? ਪਹਿਲਾਂ ਉਹ ਗੱਲ ਦੱਸੋ ਜੀ, ਕਿਉਂ ਦਖਲ ਅੰਦਾਜ਼ੀ ਕਰ ਰਿਹਾ ਇਲੈਕਸ਼ਨਾਂ ਦੇ ਵਿੱਚ? ਸਰ, ਗੱਲ ਇਹ ਆ, ਕਿਉਂਕਿ ਵਾਰਡ ਨੰਬਰ 24 ਤੋਂ ਚੰਨੀ ਦਾ ਭਰਾ ਸੁਖਵੰਤ ਸਿੰਘ ਸੁੱਖਾ ਉਹ ਚੋਣ ਮਜਾਤ ਕੁਛ ਕੈਂਡੀਡੇਟ ਨੇ ਅਤੇ ਕੁਛ ਉਹਨਾਂ ਦੇ ਸਮਰਥਕ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜੋ ਕੱਲ੍ਹ ਉਰੇ ਜਿਹੜਾ ਵਾਕਿਆ ਹੋਇਆ ਏ, ਕੀ ਕਹਿਣਾ ਚਾਹੁੰਦੇ ਨੇ, ਕਿਹਦੀ ਗੱਡੀ ਦੀ ਕੌਣ ਅੰਦਰ ਗਿਆ ਤਾ? ਹਾਂਜੀ, ਦੇਖੋ ਜੀ, ਕੱਲ੍ਹ ਸਵੇਰ ਦੀ ਗੱਲ ਹੈ, ਸਾਨੂੰ ਸੁਨੇਹਾ ਗਿਆ ਪਿਆ ਕਰਕੇ 000-4 ਨਾਂ ਦੀ ਗੱਡੀ ਹੈ ਵੀ ਉਹ ਅੰਦਰ ਗਈ ਆ, ਉਹਦੀ ਕੋਈ ਚੈੱਕ ਨਹੀਂ ਕੀਤੀ ਗਈ, ਕਿਉਂਕਿ ਜਿਹੜੀ 000-4 ਗੱਡੀ ਹੈ ਚਰਨਜੀਤ ਚੰਨੀ ਦੀ ਗੱਡੀ ਹੈ, ਅਤੇ ਇਹਦੇ ਵਿੱਚ ਇੱਕ ਲੇਡੀਜ਼ ਗਈ ਹੈ, ਅਤੇ ਲੇਡੀ ਨੂੰ ਜਦੋਂ ਅੰਦਰ ਲੈ ਕੇ ਗਏ ਆ ਅਤੇ ਉਸੇ ਟਾਈਮ ਅਸੀਂ ਫਟਾਫਟ ਨੱਠ ਕੇ ਆਏ ਹਾਂ, ਜਾਂ ਅੰਦਰ ਆ ਕੇ ਇਹਨਾਂ ਕੋਲ ਸਟਾਫ ਨੂੰ ਪੁੱਛਿਆ ਜਿਹੜੇ ਉੱਪਰ ਮੂਹਰੇ ਪੁਲਿਸ ਸਟਾਫ ਬੈਠੀ ਹੈ, ਤਾਂ ਉਹਨਾਂ ਨੂੰ ਪੁੱਛਿਆ ਬਈ ਤੁਸੀਂ ਐਂਟਰੀ ਪਾਈ ਕੋਈ, ਪਰ ਉਹਦੀ ਕੋਈ ਐਂਟਰੀ ਨਹੀਂ ਸੀ ਪਾਈ ਵੀ, ਉਹ ਬਿਨਾਂ ਐਂਟਰੀ ਤੋਂ ਗੱਡੀ ਅੰਦਰ ਗਈ ਹੈ। ਮੈਂ ਤੁਹਾਡੀ ਗੱਲ ਕੱਟਣੀ ਚਾਹਾਂਗਾ ਕਿ ਤੁਸੀਂ ਚਰਨਜੀਤ ਚੰਨੀ ਦੇ ਬਹੁਤ ਜ਼ਿਆਦਾ ਜਿਹੜੀ ਉਹਨਾਂ ਦੀ ਮੁਖਾਲਵਤ ਕਰ ਰਹੇ ਹੋ, ਕਿਉਂ ਮੁਖਾਲਵਤ ਕਰ ਰਹੇ ਹੋ? ਚਰਨਜੀਤ ਚੰਨੀ ਦੀ ਮੁਖਾਲਵਤ ਜੇ ਕਰ ਰਹੇ ਹੋ ਵਾਰਡ ਨੰਬਰ 24 ਦੇ ਵਿੱਚ, ਕਿਉਂ ਦਖਲ ਅੰਦਾਜ਼ੀ ਦੇ ਰਿਹਾ ਹੈ? ਕਿਆ ਗੱਲ ਹੈ, ਕਿਉਂ ਜਿਹੜਾ ਉਰੇ ਤੁਸੀਂ, ਤੁਹਾਨੂੰ ਉਸ ਤੋਂ ਡਰ ਲੱਗ ਰਿਹਾ ਹੈ? ਦੇਖੋ ਜੀ,
चरनी चनी जरा जिहड़ा कि कैबिनेट मंत्री है वह बहुत वह भरा सुखवंत सिंह सुखा इस वार्ड में चोणा लड़ रहे हैं और नाल थानू यह भी दस दें एक महीने तो जिनी पूरी कंबेन है वह चरणजीत सिंह चन्नी खुद कर रहा रात को लोगों के घर जा के लोगों धमका के बाकी इतों तक कि साढ़े नाल जे कोई वर्कर तुरदा भी है तो भी उसको किसी ना किसी तरीके पिक पासे कर देंगे। मैं थोड़ा होर भी याद कराना चाहना कि चन्नी ने अपने वार्ड में घट्टो घट भी 10 मीटिंगा कीतियां और शरिया मीटिंगा करते रहे उन्होंने मीटिंगा दिन मैंने लगता नहीं कि परमिशन ली हो गए पर असी एक मीटिंग की 9 तरीक न पर उस मीटिंग की उन्होंने जद अपने पुलिस खरड़ सिटी और शिकायत करती उन्होंने परमिशन ले कोई भी पर अचानक पुलिस आई दो तीन गड्डिया ला के उन्हें जहाँ देखा पे परमिशन हैगी फिर वो वापस मुड़ गए जिड़ी कि एक बहुत घरौनी जिदा कहते एक साढ़े वोटर एक धमकाने वाली मतलब स्थिति बन चुकी सी पर असी फिर भी अपने जो SDM स्टाफ असी जो कि उन्होंने बड़ी वधिया उस चोणा करा रहे असी उन्होंने धन्यवाद करते हैं। मैं पता लगे कल तुम उरे धरना भी लगा दिता धरना लाने बाद फिर कोई उरे जिहड़ा कोई उच्च आला अधिकारी आया तो थानू की आश्वासन दिता फिर उस तो बाद तुसी की किता जी? देखो जी जो असं इतने आए अस अंदर गए हाँ असं पुलिस उन्होंने पूछा फिर DSP साहब बैठे से उन्होंने पूछा मैं क्या जी भी दसो जी गड्डी लेडीज कौन आई है पर उन्होंने कोई जवाब नहीं एक चौकीदार बुला के पूछा वो कहते जी मैंने नहीं पता जब कि उन्होंने पता सगा पर दसों का इनकार कर दता उस बाद जब असं नारे लाने लग पे तो पुलिस वाले सानू धक्के मार के सानू गेट तो बाहर कढ़ दिता तो उस बाद जब असं पूरा असं हंगामा मचाया फिर तहसीलदार साहब तो SDM साहब आए अब उन्होंने आके साड़ी तसली कराई है तो सानू ABM मशीन जिथे कैमरे निगाह च रखी गई सी सानू वो दिखाइया फिर उन्होंने सानू भरोसा दिता कहिंदे तुसी ऐ करो तुसी अपना एक अलग CCTV कैमरा ला लो उन्हूं अपने मोबाइल नाल अटैच कर लो तो उस तो बाद मैनू पता लग्या कि तुसी ABM मशीना की सुरक्षा आप भी कर रहे हो कि टेंट ला के बैठे भी हो वह क्या क्या कहना चाहते हो उहदे बारे क्यों थानू टेंट लाना पिया उरे? देखो जी सानू जिस टाइम असी देख लिया कि पुलिस वाले सानू धक्का मार के बाहर कढ़ रहे जेहड़े बाकी बंदे उन्होंने बिना एंट्री तो अंदर जा रहे हैं यदा मतलब सानू पुलिस से कोई भरोसा नहीं है पुलिस से पुलिस असल चाहते हो दबाव में है पूरा उसनू लोगों नू भी पहला कह रहा सगा भी असी चोण तो जित जानियां चाहे सानू धक्के नाल अनाउंसमेंट करानी पवे असी इस करके इत्थे सानू टेंट लाउणा पिया असी 24 घंटे दिन मतलब सवेरे शाम तक ड्यूटी करदे आ असी बार बार फिर असी अपना बकायदा पास बना के आए हाँ सानू SDM साहब ने कहा तुसी किसे टाइम भी अंदर जा सकते हैं जाके चैक कर सकते हैं पर मैं एक रिक्वेस्ट कर रहा SDM साहब नू कि सानू दो बंदियां नू उत्थे अंदर अंदर बैठने की इजाजत दी जाए तां को सानू बार बार जो भी सानू डर लगे रहना पे कुछ ना कुछ अंदर ना हो जाए इसकी तसली कराई जाए। तुसी सुनिया के एक बार फिर तो जिहड़े चरणजीत सिंह चन्नी खरड़ हल्के दे विच जो कि चमकौर साहब तो MLA ने ते कैबिनेट मंत्री ने पंजाब दे एक बार फिर तो जिहड़े विवादां दे घेरे दे विच आ गए ने तुसी आप सुनिया के कैंडीडेटां वालों जो कि नगर कौंसल दे वार्ड नंबर 24 तो राम स्वरूप जी ने उन्होंने दोष लगाया है कि एक जिहड़ी उन्हां दी गड्डी दी जिहड़ी उस गड्डी दे विच कोई महिला नूं उन्होंने अंदर जिहड़ा छड्ड के आए ने हंगामा करन तो बाद उरे जिहड़ा धरना लगाया गया धरना लगाने तो बाद SDM साहब आए तो इन्हों आश्वासन दे के जिहड़ा है फिर इन्हों का धरना समाप्त होया फिलहाल इन्होंने जिहड़ा टेंट ला के जिहड़ी सुरक्षा आप जिहड़ी उरे करनी शुरू कर दी है तो साढ़े नाल उरे उन्होंने समर्थक भी ने समाज सेवी ने सोनू जी भी ने उरे दे जो कि खरड़ते हैं आप उन्होंने भी गलबात करांगे कि वह की कहना चाहते हैं। हाँ जी भाई जी असी देखे ही है जिदा ना पिछे जो इलेक्शन सीगा मैं खुद भी उत्थे नाल सीगा मेरे मित्र हैं मनमोहन शर्मा जी उन्होंने फादर साहब हैं आम आदमी पार्टी तो मैं देखा भी खुद मैं देखा चन्नी साहब जिहड़े मंत्री हैं 3-4 बार खड़ के उत्थी बैठ रहे कुर्सी पर बैठ रहे 3-4 बार धक्का करे जाली वोटा भी पवाइया जाली पवाइया असं फटे भी हैं बंदे पुलिस ने उत्थ तो फट के ना बाहर कढ़ते सार बंदे छड़ते जिहड़ा बंदा जाली वोट उन्हां दा रिश्तेदार सीगा वह जिहड़ा जाली वोट पा के गया वह बाद विच मेरा एक दोस्त आ उन्हें वह पछाण लिया असी देख भी लिया उहदी वीडियो भी है साढ़े कोल उस सरेआम कह रहा है ਕਹਿੰਦਾ ਵੀ ਹਾਂ ਝੋਟਾ ਆ ਕੇ ਛੁਡਾ ਕੇ ਲੈ ਗਿਆ ਮੈਨੂੰ ਤੇ ਜਿਹੜਾ ਕੱਲ ਉਰੇ ਵਾਕਿਆ ਹੋਇਆ ਹੈ ਚੰਨੀ ਦੇ ਮੰਤਰੀ ਦੇ ਕੈਬਨਿਟ ਮੰਤਰੀ ਦੇ ਇੱਕ ਵਾਰ ਫੇਰ ਤੋਂ ਦੋਸ਼ ਲੱਗੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਬਈ ਜੀ ਗੱਲ ਤਾਂ ਸਰੇਆਮ ਧੱਕਾ ਹੋ ਰਿਹਾ ਜਿਹੜੀ ਪੋਲਿਟਿਕਸ ਹੈ ਨਾ ਦੀ ਗੰਦੀ ਪੋਲਿਟਿਕਸ ਹੈ ਸਰਕਾਰ ਧੱਕਾ ਕਰ ਰਹੀ ਹੈ ਇੱਕ ਆਮ ਆਦਮੀ ਪਾਰਟੀ ਆਮ ਬੰਦੇ ਨਾਲ ਧੱਕਾ ਕਰ ਰਹੀ ਯਾਰ ਪਾਰਟੀ ਦਾ ਵੀ ਮੈਂ ਨਾਮ ਨਹੀਂ ਲੈਂਦਾ ਆਮ ਬੰਦੇ ਨਾਲ ਧੱਕਾ ਕਰ ਰਹੀ ਸਰੇਆਮ ਕਰ ਰਹੀ ਹੈ ਕੱਲ ਜੇ ਨਾ ਧਰਨਾ ਲਾਉਂਦੇ ਉਰੇ ਨਾ ਬੈਠਦੇ ਜਾਂ ਅਸੀਂ ਨਾ ਟੈਂਟ ਲਾਉਂਦੇ ਇਹ ਕੱਲ ਹੋ ਗਈ ਸੀ
ਕਨਫਰਮ ਸੀਗਾ ਵੀ ਇਹਨਾਂ ਤੱਕ ਕਰਨਾ ਹੀ ਕਰਨਾ ਕੀ ਕਰਦੇ ਕੀ ਕਰ ਸਕਦੇ ਤੇ ਅੰਦਰ ਜਾ ਕੇ ਸਰਕਾਰ ਫੇਰ ਵੀ ਸਰਕਾਰ ਹੋਵੇ ਜੀ ਕੁਝ ਵੀ ਕਰ ਸਕਦੀ ਹੈ ਮਸ਼ੀਨਾਂ ਬਦਲ ਸਕਦੀ ਹੈ ਸਾਨੂੰ ਕੀ ਪਤਾ ਕੀ ਕਰ ਸਕਦੀ ਹੈ ਸਰਕਾਰ ਨੂੰ ਪਤਾ ਕੁਝ ਵੀ ਕਰ ਸਕਦਾ ਬਾਈ ਕੁਝ ਵੀ ਜਿਹੜਾ ਸੱਤਾ ਦੇ ਵਿੱਚ ਬੈਠਾ ਉਹ ਕੁਝ ਵੀ ਕਰ ਸਕਦਾ ਅਸੀਂ ਤਾਂ ਹੁਣ ਬੈਠੇ 24 ਘੰਟੇ ਬੈਠੇ ਆ ਸਾਹਮਣੇ ਬੈਠੇ ਟੈਂਟ ਲੱਗਿਆ ਤੁਹਾਡੇ ਸਾਹਮਣੇ ਲੱਗਿਆ ਤੁਸੀਂ ਸੁਣਿਆ ਕਿ ਜੋ ਕਿ ਉਹਰੇ ਕੈਂਡੀਡੇਟਾਂ ਦੇ ਸਮਰਥਕਾਂ ਵੱਲੋਂ ਜਿਹੜਾ ਹੈ ਚਰਨਜੀਤ ਸਿੰਘ ਚੰਨੀ ਤੇ ਖੁੱਲ ਕੇ ਦੋਸ਼ ਲਗਾਏ ਜਾ ਰਹੇ ਨੇ ਜਿਸ ਨਾਲ ਕਿਤੇ ਨਾ ਕਿਤੇ ਜਿਹੜੀ ਪੰਜਾਬ ਸਰਕਾਰ ਇੱਕ ਵਾਰ ਫੇਰ ਤੋਂ ਵਿਵਾਦਾਂ ਦੇ ਘੇਰੇ ਦੇ ਵਿੱਚ ਆਉਂਦੀ ਜਾ ਰਹੀ ਹੈ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਇੱਕ ਵਾਰ ਫੇਰ ਤੋਂ ਖਰੜ ਦੇ ਵਿਵਾਦਾਂ ਦੇ ਘੇਰੇ ਦੇ ਵਿੱਚ ਆ ਰਹੇ ਨੇ ਕਿ ਉਹ ਜਿਹੜੇ ਹੈ ਵਾਰਡ ਨੰਬਰ 24 ਦੇ ਵਿੱਚ ਆਪਣੇ ਭਰਾ ਨੂੰ ਜਿਤਾਉਣ ਦੇ ਲਈ ਪੂਰੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੇ ਆਪ ਕਿਹਾ ਕਿ ਮਸ਼ੀਨਾਂ ਤੱਕ ਵੀ ਉਹ ਬਦਲ ਸਕਦੇ ਨੇ ਕੁਛ ਨਾ ਕੁਛ ਜਿਹੜੀ ਹੈ ਇਹਨਾਂ ਨੂੰ ਸ਼ੰਕਾ ਹੈ ਜਿਸ ਕਰਕੇ ਇਹਨਾਂ ਨੇ ਟੈਂਟ ਲਗਾ ਕੇ ਜਿਹੜੀ ਆਪ ਸੁਰੱਖਿਆ ਮੁਹੱਈਆ ਉਹਰੇ ਜਿਹੜੀ ਆਪਣੀ ਕਰਨੀ ਸ਼ੁਰੂ ਕਰ ਦਿੱਤੀ ਹੈ ਈਵੀਐਮ ਮਸ਼ੀਨਾਂ ਦੀ ਸਾਡੇ ਨਾਲ ਹੋਰ ਵੀ ਨੇ ਉਹਨਾਂ ਦੇ ਸਮਰਥਕ ਨੇ ਰਾਮ ਸਰੂਪ ਜੀ ਦੇ ਬੇਟੇ ਨੇ ਜੋ ਇਲੈਕਸ਼ਨ ਲੜ ਰਹੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੱਲ ਜੋ ਵਾਕਿਆ ਉਹਰੇ ਹੋਇਆ ਏ ਉਹ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਰ ਕੱਲ ਅਸੀਂ ਇੱਥੇ ਜਦੋਂ ਸਾਨੂੰ ਪਤਾ ਲੱਗਿਆ ਸੀ ਸਾਡੇ ਬੰਦੇ ਸਾਡੇ ਨਾਲ ਦੇ ਬੈਠੇ ਸਾਡੇ ਪਾਰਟੀ ਦੇ ਉਹਨਾਂ ਨੇ ਦੱਸਿਆ ਵੀ ਚੰਨੀ ਸਾਹਿਬ ਦੀ ਗੱਡੀ ਮੰਤਰੀ ਸਾਹਿਬ ਦੀ ਗੱਡੀ ਅੰਦਰ ਗਈ ਆ ਬਿਨਾਂ ਕਿਸੇ ਐਂਟਰੀ ਤੋਂ ਅੰਦਰ ਗਈ ਹੈ ਅਸੀਂ ਜਿੱਥੇ ਸੀਗੇ ਅਸੀਂ ਭੱਜੇ ਆਏ ਉੱਥੇ ਆਏ ਅਸੀਂ ਉਹਨਾਂ ਨੂੰ ਪੁੱਛਿਆ ਵੀ ਐਂਟਰੀ ਕੀਤੀ ਸੀ ਤੁਹਾਨੂੰ ਕੀ ਪਤਾ ਲੱਗਿਆ ਉਹ ਚੰਨੀ ਦੀ ਗੱਡੀ ਆ ਕਿਸੇ ਹੋਰ ਦੀ ਵੀ ਹੋ ਸਕਦੀ ਹੈ ਤੁਸੀਂ ਸ਼੍ਰੀਆਮ ਚੰਨੀ ਦਾ ਹੀ ਮਗਰ ਪਏ ਹੋਏ ਹੋ ਸਾਰੇ ਜੀ ਸ਼੍ਰੀਆਮ ਉਹਨਾਂ ਦੀ ਦੂਜੀ ਗੱਡੀ ਦਾ ਨੰਬਰ ਮੇਰੇ ਕੋਲ ਨੋਟ ਹੈ ਜਦੋਂ ਉਹਨਾਂ ਦੇ ਜਿਹੜੇ ਆਏ ਸੀਗੇ ਨਾ ਉਹਨਾਂ ਦੀ ਭਤੀਜੀ ਸੀਗੀ ਕੌਣ ਸੀ ਜਦੋਂ ਦੁਬਾਰ ਤੋਂ ਉਹਨਾਂ ਨੂੰ ਲੈਣ ਆਏ ਉਦੋਂ ਮੈਂ ਉਹਨਾਂ ਦੀ ਪ੍ਰੋਪਰ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਉਰੇ ਕੀ ਕਰਦੇ ਹੋ ਕਹਿੰਦੇ ਅਸੀਂ ਉਰੇ ਲੱਗੇ ਹੋਏ ਹਾਂ ਹਾਲਾਂਕਿ ਅਸੀਂ ਇਹ ਵੀ ਪਤਾ ਕਰਾਂਗੇ ਕਿੰਨੀ ਦੇਰ ਤੋਂ ਇੱਥੇ ਲੱਗੇ ਹੋਏ ਹਾਂ ਕਦੋਂ ਤੋਂ ਲੱਗੇ ਹੋਏ ਹਾਂ ਸਾਨੂੰ ਲੱਗਦਾ ਵੀ ਇਹ ਮੰਤਰੀ ਸਾਹਿਬ ਨੇ ਉਹਨਾਂ ਦੀ ਡਿਊਟੀ ਉਰੇ ਲਵਾਈ ਹੈ ਵੀ ਇੱਥੇ ਕੋਈ ਨਾ ਕੋਈ ਉਹ ਕੁਛ ਕਰਨ ਕਿਆ ਕਰਨ ਦੱਸੋ ਖੁੱਲ ਕੇ ਦੱਸੋ ਨਾ ਅੱਜ ਤੁਸੀਂ ਚੈਨਲ ਦੇ ਨਾਲ ਹੋ ਤੁਸੀਂ ਲੈਫਟ ਰਾਈਟ ਨਿਊਜ਼ ਚੈਨਲ ਦੇ ਨਾਲ ਹੋ ਜਿਹੜੀ ਵੀ ਗੱਲ ਹੈ ਖੁੱਲ ਕੇ ਦੱਸੋ ਗੱਲ ਇਹੀ ਹੈ ਜੀ ਵੀ ਮਸ਼ੀਨਾਂ 'ਚ ਕੋਈ ਹੇਰ ਫੇਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਾਨੂੰ ਸੂਤਰਾਂ ਵੱਲੋਂ ਪਤਾ ਲੱਗ ਰਿਹਾ ਵੀ ਧੱਕਾ ਕਰਨਗੇ 200% ਜਾਂ ਕਾਊਂਟਿੰਗ ਟਾਈਮ ਕਰਨਗੇ ਕਿਸੇ ਵੀ ਟਾਈਮ ਕਰਨ ਅਤੇ ਸਾਡੀ ਇਹ ਵੀ ਮੰਗ ਹੈ ਵੀ ਸਾਡੀ ਪ੍ਰੈਸ ਨੂੰ ਨਾਲ ਜਾਣਾ ਪਵੇ ਉੱਥੇ ਜਦੋਂ ਕਾਊਂਟਿੰਗ ਹੋਊਗੀ ਕੋਈ ਧੱਕੇਸ਼ਾਹੀ ਨਾ ਉੱਥੇ ਹੋਵੇ ਅਸੀਂ ਪ੍ਰੋਪਰ ਮਸ਼ੀਨਾਂ ਦੀ ਪ੍ਰੈਸਿੰਗ ਕਰਾਵਾਂਗੇ ਪ੍ਰੋਪਰ ਫੋਟੋਗ੍ਰਾਫੀ ਕਰਾਵਾਂਗੇ ਸਾਨੂੰ ਕਿਸੇ 'ਤੇ ਕੋਈ ਭਰੋਸਾ ਨਹੀਂ ਹੈ ਅਸੀਂ ਆਪਦੇ ਪੈਸਿਆਂ ਨਾਲ ਅੰਦਰ ਅਸੀਂ CCTV ਕੈਮਰੇ ਲਵਾਏ ਆ ਆਪਦੇ ਪੈਸਿਆਂ ਨਾਲ ਨਹੀਂ ਉਹ ਧਰਨੇ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਲੱਗਿਆ ਉਸ ਤੋਂ ਬਾਅਦ ਤੁਸੀਂ ਧਰਨਾ ਲਗਾਇਆ ਫਿਰ ਕੀ ਹੋਇਆ ਜੀ ਕੀ ਕੋਈ ਅਧਿਕਾਰੀ ਸਰ ਸਾਡੀ ਕਹਿੰਦਾ ਸੁਣੀ ਧੱਕੇ ਮਾਰ ਕੇ ਸਾਨੂੰ ਬਾਹਰ ਕੱਢਤੇ ਆ ਇਹ ਮਹਿਕਮਾ ਚਰਨਜੀਤ ਸਿੰਘ ਚੰਨੀ ਦੇ ਤਕਨੀਕੀ ਸਿੱਖਿਆ ਮੰਤਰੀ ਉਹਨਾਂ ਕੋਲ ਹੈ ਮਹਿਕਮਾ ਉਹਨਾਂ ਦਾ ਹੀ ਸਟਾਫ ਹੈ ਉਹਨਾਂ ਦਾ ਕਾਲਜ ਹੈ ਸਭ ਕੁਝ ਉਹਨਾਂ ਦੇ ਹੱਥ 'ਚ ਹੈ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਤਾ ਅਸੀਂ ਤਾਂ ਦੇਖਿਆ ਵੀ ਸਾਨੂੰ ਕੁਛ ਵੀ ਹੋ ਸਕਦਾ ਕਿਸੇ ਟਾਈਮ ਵੀ ਅਸੀਂ ਇੱਥੇ ਬੈਠੇ ਸੀ ਸਾਰੀ ਰਾਤ ਸੌਂਦੇ ਨਹੀਂ ਹੈਗੇ ਅਸੀਂ ਪਰਸੋਂ ਸੁੱਤੇ ਨਹੀਂ ਅਸੀਂ ਉਰੇ ਹੀ ਹਾਂ ਅਸੀਂ ਸਾਨੂੰ ਨੀਂਦ ਹੀ ਨਹੀਂ ਆਉਂਦੀ ਅੱਛਾ ਠੀਕ ਹੈ ਨਾ ਜਿਹੜਾ ਇਹ ਸਰਕਾਰ ਨੇ 3 ਦਿਨ ਦਾ ਟਾਈਮ ਰੱਖਿਆ ਇਹ ਬਹੁਤ ਗਲਤ ਹੈ ਠੀਕ ਹੈ ਨਾ ਕਿਸੇ ਟਾਈਮ ਵੀ ਕੁਛ ਹੋ ਸਕਦਾ ਠੀਕ ਹੈ ਨਾ MLA ਦੇ ਇਲੈਕਸ਼ਨ ਹੁੰਦੇ ਆ ਪੁੱਛਣਾ ਤੂੰ ਕਰ ਰਿਹਾ ਗੱਲ ਕਰ ਲੈ MLA ਔਰ MP ਉਹ ਦੱਸਦੇ MP ਬਾਰੇ ਵੀ ਜਿਹੜੇ ਇਲੈਕਸ਼ਨ ਹੁੰਦੇ ਆ ਉਰੇ ਮਸ਼ੀਨਾਂ ਉਹਨਾਂ ਦੀ ਵੀ ਤਾਂ ਪਈ ਹੁੰਦੀਆਂ ਫਿਰ ਉਹਨਾਂ ਦੀ ਸਿਕਿਉਰਿਟੀ ਇਹ ਆਪ ਕਰਦੇ ਪੁਲਿਸ MC ਦੇ ਜਾਂ ਤਾਂ ਇਹਦਾ CRP ਲਾਉਣ ਠੀਕ ਹੈ ਨਾ ਜਾਂ ਤਾਂ CRP ਲਾਉਣ ਸਾਨੂੰ ਪੰਜਾਬ ਦੇ ਕਹਿਣ ਦਾ ਮਤਲਬ ਕਿਸੇ ਪ੍ਰਸ਼ਾਸਨ ਦੇ ਸਾਨੂੰ ਕੋਈ ਭਰੋਸਾ ਨਹੀਂ ਜਿਹੜੀ ਸਿੱਧੀ ਗੱਲ ਹੈ ਅਤੇ ਉੱਦਣ ਵੀ ਸਾਨੂੰ ਪਤਾ ਲੱਗਿਆ ਵੀ ਉੱਦਣ ਵੀ ਚੰਨੀ ਸਾਹਿਬ ਨੇ ਆਪਣੀ ਪੂਰੀ ਇੱਥੇ ਜਿੱਦਣ ਕਾਊਂਟਿੰਗ ਹੋਣੀ ਹੈ ਚੰਨੀ ਚੰਨੀ ਜਿਹੜਾ ਹੈ ਤੁਸੀਂ ਕਹਿ ਰਹੇ ਹੋ ਕੈਬਨਿਟ ਮੰਤਰੀ ਤੇ ਦੋਸ਼ ਲਗਾ ਰਹੇ ਹੋ ਕਿ ਚਰਨਜੀਤ ਸਿੰਘ ਚੰਨੀ ਜਿਹੜਾ ਇੰਟਰਫੇਅਰ ਕਰ ਰਿਹਾ ਕਿਉਂ ਕਰ ਰਿਹਾ ਔਰ ਕਿਆ ਉਹਨਾਂ ਦਾ ਬ੍ਰਦਰ ਰੀਅਲ ਬ੍ਰਦਰ ਖੜਿਆ ਜੀ ਸੁਖਵੰਤ ਸਿੰਘ ਸੁੱਖਾ ਖੜਿਆ ਇਲੈਕਸ਼ਨਾਂ ਦੇ ਵਿੱਚ ਉੱਥੇ ਵੀ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਸ਼ਰੇਆਮ ਸਾਡੇ ਕੋਲ ਸਾਰੀ ਫੋਟੋਗ੍ਰਾਫੀ ਹੈ ਸ਼ਰੇਆਮ ਔਰ ਰੋਡ ਤੇ ਗੇੜੇ ਲਾਉਂਦੇ ਰਹੇ 15-15-20-20 ਗੇੜੇ ਲਾਏ ਸਾਨੂੰ ਅੰਦਰ ਐਂਟਰ ਨਹੀਂ ਕਰ ਅਗਰ ਤੁਹਾਨੂੰ ਧਮਕੀਆਂ ਦਿੱਤੀਆਂ ਗਈਆਂ ਤੁਸੀਂ ਕਹਿ ਰਹੇ ਹੋ ਚਰਨਜੀਤ ਸਿੰਘ ਚੰਨੀ ਨੇ ਤੁਸੀਂ ਇਲੈਕਸ਼ਨ ਕਮਿਸ਼ਨਰ ਨੂੰ ਉਹਦੀ ਸ਼ਿਕਾਇਤ ਕਰ ਸਕਦੇ ਤੇ ਮੈਂ ਸ਼ਿਕਾਇਤ ਵੀ ਕਰਾਂਗੇ ਅਸੀਂ ਸਾਡੇ ਸਾਰੇ ਸਬੂਤ ਆ ਅਸੀਂ ਉੱਥੇ ਇੱਕ ਬੰਦਾ ਫੜਾਇਆ DP ਸਾਹਿਬ ਨੂੰ ਉਹਨਾਂ ਨੇ ਨਾ ਲੱਗਦੇ ਬੰਦਾ ਛੱਡਤਿਆ ਉਸ ਤੋਂ ਬਾਅਦ ਅਸੀਂ ਇੱਕ ਹੋਰ ਬੰਦਾ ਫੜਾਇਆ ਸਾਡੇ ਸਾਹਮਣੇ ਸਾਰੀ ਉਹਦੀ ਪ੍ਰੈਸਿੰਗ ਹੋਈ ਵੀ ਹੈ ਸਾਰੀ ਉਹਦੀ ਵੀਡੀਓ ਬਣੀ ਹੋਈ ਹੈ ਉਹਦੀ ਤੁਸੀਂ ਕਹਿ ਰਹੇ ਹੋ ਸਬੂਤ ਤੁਹਾਡੇ ਕੋਲ ਹੈਗੇ ਆ ਤਾਂ ਸਬੂਤ ਹੋਣੇ ਦੇ ਬਾਵਜੂਦ ਤੁਸੀਂ ਹੁਣ ਤੱਕ ਸ਼ਿਕਾਇਤ ਕਿਉਂ ਨਹੀਂ ਕਰੀ ਹੈਗੀ ਅਸੀਂ ਕਰਾਂਗੇ ਜੀ ਉਹਦੇ ਬਾਅਦ DSP ਸਰ ਨੇ ਗੱਡੀ 'ਚ ਉਹਨੂੰ ਬਿਠਾਇਆ ਅਰੈਸਟ ਕਰਕੇ ਉਹਨੂੰ ਲੈ ਕੇ ਕੱਲ੍ਹ ਸੁਬਾਹ ਉਹ ਮੰਤਰੀ ਸਾਹਿਬ ਦੀ ਕੋਠੀ 'ਚੋਂ ਨਿਕਲਿਆ ਸਾਡੇ ਦੋਸਤਾਂ ਨੇ ਉਹਨੂੰ ਰੋਕਿਆ ਅਤੇ ਉਹਦੀ ਵੀਡੀਓ ਬਣਾਈ ਉਹ ਗੱਲ ਕੀ ਕਹਿ ਰਹੇ ਲੋ ਸੁਣ ਲਓ ਤੁਹਾਨੂੰ ਵੀ ਹਾਂ ਠੀਕ ਹੈ ਸਾਡੇ ਕੋਲ ਵੀਡੀਓ ਹੈਗੀ ਦੇ ਦਾਂਗੇ ਵੀ ਸਾਨੂੰ ਛੱਡ ਵੀ ਕੋਈ ਚੱਕਰ ਨਹੀਂ ਹੈਗਾ ਫਲਾਣਾ ਤੁਸੀਂ ਸੁਣਿਆ ਕਿ ਜਿਹੜੇ ਰਾਮ ਸਰੂਪ ਦੇ ਯਾਰ ਹੋਰ ਕੈਂਡੀਡੇਟਾਂ ਦੇ ਉਰੇ ਜਿਹੜੇ ਸਮਰਥਕ ਨੇ ਉਹਨਾਂ ਨੇ ਜਿਹੜੇ ਹੈ ਸਿੱਧਾ ਹੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਰੀਅਲ ਬ੍ਰਦਰ ਜਿਹੜਾ ਉਰੇ ਵਾਰਡ ਨੰਬਰ 24 ਤੋਂ ਖੜਾ ਹੈ ਤੇ 24 ਦੇ ਵਿੱਚ ਜਿਹੜਾ ਹੋਟ ਸੀਟ ਮੰਨੀ ਜਾ ਰਹੀ ਹੈ ਜਿਸ ਕਰਕੇ ਇਹਨਾਂ ਨੂੰ ਖਤਰਾ ਹੈ ਕਿ ਜਿਹੜੇ ਹੈ ਉਰੇ ਕੋਈ ਨਾ ਕੋਈ ਚਰਨਜੀਤ ਸਿੰਘ
वार्ड नंबर 2 ते 24 नंबर वार्ड चो चरणजीत चन्नी के अपने खास बंदे खड़े हैं, उन्होंने परिवारक मैंबर खड़े हैं। इन्हों का कोई एक जे गल करिए जिमें पूछ रहे हैं सवाल कि चरणजीत चन्नी से असं पिछे क्यों पे हाँ, उसका मेन कारण आही है कि साढ़े नैशनल हाईवे खरड़ तो कुराली तो खरड़ तो मरंडा वाले जोड़े अक्वायर हो तो खरड़ कमेटी को 135 करोड़ रुपया जोड़ा है वह मिले है। उस एक्स 135 करोड़ का सीधा सीधा इन्हों का कोई पोलीटिकल विजन नहीं, कोई डिवेलपमेंट विजन नहीं, कोई पोलीटिकल विजन सर नहीं। बाकी छोड़ो तुसी जो कल दा और वाक्य होया आप उदे बार सिर्फ ओनली उदे बार गल करनी है। उदा उदा बेस आही है ना, इत्थों ही स्टार्ट होया ना उदा बेस कि इन्ना मैनिपुलेट क्यों किया जा रहा है। एक पोलीटिकल लोकतंत्र की सब तो वड्डी प्रॉपर्टी है जिहड़ी अंदर पई है सर, मैनिपुलेट करने के लिए खराब करने के लिए पूरा पूरा जोर इसीलिए ला रहा है। पिछे 135 करोड़ दिख रहा है ना, वो जो 135 करोड़ चक के अपन जिहड़ियां परसनल कलोनियां कट्टियां हुई उन्हां ते लगना, ना कि खरड़ शहर ते लगना है। ये प्रधानगी दे पिछे पए हुए हैं, इसे करके पूरा जोर ला के पूरे जिहड़े आम जो लोग चोणां दे विच खड़े आ उन्हां नूं पिछे करके सिर्फ अपने परिवारवाद नूं मूहरे लेके आना चाहते हैं। तुसीं सुणिया कि जिहड़े है दोष लगा रहे हैं कि चरणजीत सिंह चन्नी जिहड़ा कैबिनेट मंत्री है वह जिहड़ा 100 प्रधानगी दे मगर लगे हुए हैं, तो 135 करोड़ रुपया जिहड़ा नगर कौंसल नूं जिहड़ा सरकार वल्लों फंड आना है उसदे वह जिहड़े अपनी नजायज़ कॉलोनी दे कटाण लगे ने, तो साडे नाल ने उरे DSP ने आपां उन्हां नाल गल्लबात करांगे कि जो उरे कल वाकया होया है ते की कहना चाहते ने। साढ़े नाल ने साढ़े वीर ने DSP राजपाल जी, आपां उन्हां नाल गल्लबात करांगे कि जो कल वाकया उरे होया है वह की कहना चाहते ने। कि लेडीज अंदर गई थी? हाँ जी सर, इत्थे जी कोई वाक नहीं होया, जिहड़ा कॉलेज का स्टाफ है वह अंदर बच्चों के पेपर लैन जां अपनी ड्यूटी करन जा रहा, कॉलेज के स्टाफ दियां जिहड़ियां गड्डियां ने जिहड़ा तां अंदर परमानेंट रहिंदा उन्हां दी अंदर ही कोठियां दे विच जाके उन्हां अपनी पार्क करदे ने, असीं उन्हां दी एंट्रियां करदे हां, चैक करदे हां, आई कार्ड करदे हां, फिर जाण दिंदे हां, जां जिहड़े स्टूडेंट्स ने वह जाते हैं, जां किसी ने एडमिशन लैन आनी आ जां किसी ने फॉर्म भरने आ वह जा रहे हैं, उस तो बिना कोई भी प्राइवेट बंदा अंदर नहीं जा रहा। इन्हां दे कैंडीडेट नूं एक ए सी के मेरी वाइफ नहीं कैंडीडेट आ मैं अंदर जाऊँगा, जिस असी नहीं कहा तुसी नहीं जा सकते, वो कैंडीडेट जा सकते हैं, उस गलती ने इतराज करते इन्होंने बवाल करा कर जो साढ़े रौला रप्पा पा के सानू अंदर जान दे। ते थोड़े वालों जी पूरी चैकिंग करके जी अंदर जरा एंट्री हो रही है? बिल्कुल जी, पूरी चैकिंग करके थोरो असी, कोई मंत्री का कोई दबाव किसी किस्म का कोई सरकार का? बिल्कुल जी कोई नहीं, थ्री असी टायर सिक्योरिटी अरेजमेंट करे, इको गेट की एंट्री है, इको बाहर जाने का, इको अंदर आने का रस्ता, इत्थे फिर अगे मेन बिल्डिंग के गेट से फिर स्ट्रोंग रूम के बाहर इन्होंने अपने इंडिविजुअल प्राइवेट कैमरे भी असं लाने अलाउ कर दते कि तुसी अपने कैमरे राही ऑनलाइन सुपरविजन कर रहे हैं। हुण ये जिहड़ा वा अपना इत्थे खड़के बाहर फालतू का रौला पा रहे ने, हत्वे इत्थे बिल्कुल शांत वे सब कुछ ठीक है, बाकी कैंडीडेट्स भी इत्थे हुणी ओह देख के आए ने जी, देखो जिन्हां नूं SDM साहब अलाउ करते हैं उन्होंने असं चैक करवा दें। तुसी सुनिया कि DSP राजपाल सिंह का कहना है कि जिहड़े उरे जिहड़ी है पूरी चैकिंग करके जिहड़ी है जिहड़ी कोई भी कैंडीडेट है कोई भी होर है उसनों जिहड़ा अंदर अलाउ किया जा रहा है, तो जिहड़े कैंडीडेटां नूं कोई शंका थी उन्हां दे जिहड़े हैं अपने प्राइवेट कैमरे लवा के जिहड़े हैं उन्हां दे कोल ने ते वह चैक भी कर सकते हैं, तो इक्के गेट की जिहड़ी है कॉलेज की एंट्री है, जिहड़ा भी इन्हां ने कहा कि जो भी कोई अंदर जाता है या तो स्टाफ जाता है उन्हां दे आई कार्ड देख के बिना किसी नूं भी एंट्री नहीं की जाती, पर फिलहाल जिहड़ा है कैंडीडेटां दे मन दे विच मंत्री होण दे नाते जिहड़ा उन्हां दा ब्रदर जिहड़ा उहदे तों वार्ड नंबर 24 तों इलैक्शन लड़ रहा है होर सीट मन्नी जा रही है, उस कारण जिहड़ा मन दे विच किते ना किते शंका है, पर कल नूं जिहड़ा है पता लग ही जाणा है कि जनता किस नूं फतवा दिंदी है ते किसने जितना ते किसने हारना है, उदों तक जिहड़ी है खरड़ दे विच जिहड़ी उस दो सीटां नूं लै के जिहड़ी गरमा गरमाई हुंदी रहेगी। खरड़ तों कैमरामैन राहुल गुप्ता दे नाल लैफ्ट राइट न्यूज़ दे लई डेविड वर्मा दी रिपोर्ट।